ਦੇ ਜੀਵਨ ਦੇ ਬਾਰੇ ਅਸੀਂ ਸਾਰੇ ਲੋਕ ਜਾਣਦੇ ਹਾਂ। ਉਹ ਇੱਕ ਐਸਾ ਸ਼ਖਸ ਸੀ ਜਿਹਨੇ ਸ਼ੁਰੂ ਦੇ ਵਿੱਚ ਇਸ ਬਾਈਬਲ ਨੂੰ ਵੀ ਅੱਗ ਲਗਾ ਦਿੱਤੀ ਸੀ। ਔਰ ਪੰਜਾਬ ਦੇ ਇੱਕ ਮੰਨੇ ਦੰਨੇ ਖਾਨਦਾਨ ਦੇ ਵਿੱਚੋਂ ਇਨਸਾਨ ਸੀਗਾ ਔਰ ਬੜਾ ਖਿਲਾਫਤ ਵਿੱਚ ਸੀਗਾ ਪਹਿਲਾਂ, ਲੇਕਿਨ ਉਹ ਇਨਸਾਨ ਪੰਜਾਬ ਦਾ ਇੱਕ ਸਾਧੂ ਸਾਬਤ ਹੋਇਆ, ਇੱਕ ਸੰਤ ਸਾਬਤ ਹੋਇਆ, ਜਿਹਨੇ ਵੀ ਆਪਣਾ ਸਾਰਾ ਜੀਵਨ ਇਸ ਬਾਈਬਲ ਦੇ ਪ੍ਰਚਾਰ ਦੇ ਵਿੱਚ ਲਗਾ ਦਿੱਤਾ। ਅੰਤ ਦੇ ਵਿੱਚ ਉਹਦੀ ਬੋਡੀ ਦਾ ਵੀ ਨਹੀਂ ਪਤਾ ਲੱਗਾ ਵੀ ਕਿੱਥੇ ਗਈ। ਜਾਨਵਰ ਖਾ ਗਏ, ਕਿਸੇ ਨੇ ਮਾਰ ਦਿੱਤਾ, ਕਿਸੇ ਨੇ ਦਬਾ ਦਿੱਤਾ, ਕਿਸੇ ਨੇ ਅੱਗ ਲਾ ਦਿੱਤੀ। ਅੱਜ ਤੱਕ ਉਹ ਰਾਜ ਜਿਹੜਾ ਉਹ ਰਾਜ ਹੀ ਰਹਿ ਗਿਆ, ਲੇਕਿਨ ਉਸ ਇਨਸਾਨ ਨੇ ਉਸ ਜਗ੍ਹਾ ਤੇ ਜਾ ਕੇ ਖਿਦਮਤ ਕੀਤੀ ਜਿੱਥੇ ਕੋਈ ਜਾਣਦਾ ਨਹੀਂ, ਜਿੱਥੇ ਕੋਈ ਜਾਣ ਦਾ ਨਾਂ ਨਹੀਂ ਲੈਂਦਾ, ਕਿਉਂਕਿ ਅੱਜ ਸੁੱਖ ਦੀ ਸੇਵਾ ਸਾਰੇ ਲੱਭਦੇ ਆ। ਯਸ ਮਸੀਹ ਕਹਿੰਦਾ ਮੁਬਾਰਕ ਉਹ ਹੋਊਗਾ ਜਿਹੜਾ ਤੰਗ ਰਸਤੇ ਦੇ ਵਿੱਚੋਂ। ਇਸ ਲਈ ਜਿਹੜਾ ਮਿਸ਼ਨ ਸ਼ੁਰੂ ਕੀਤਾ ਗਿਆ, ਇਸ ਲਈ ਕੀਤਾ ਗਿਆ ਕਿ ਅਸੀਂ ਉਹਨਾਂ ਗੱਲਾਂ ਨੂੰ ਜਾਣੀਏ ਜਿਹੜੀਆਂ ਅੱਜ ਤੱਕ ਨਹੀਂ ਦੱਸੀਆਂ ਗਈਆਂ, ਜਾਂ ਉਹਨਾਂ ਗੱਲਾਂ ਨੂੰ ਜਾਣੀਏ ਜਿਹੜੀਆਂ ਅੱਜ ਤੱਕ ਕਲੀਸੀਆਵਾਂ ਦੇ ਵਿੱਚ ਪੇਸ਼ ਨਹੀਂ ਕੀਤੀਆਂ ਜਾਂਦੀਆਂ। ਉਹ ਪੇਸ਼ ਇਸ ਕਰਕੇ ਨਹੀਂ ਕੀਤੀਆਂ ਜਾਂਦੀਆਂ ਵੀ ਫਿਰ ਸਾਡਾ ਜਿਹੜਾ ਮਨੋਰਥ ਹੈ ਉਹ ਕਦੋਂ ਪੂਰਾ ਹੋਵੇ। ਅੱਜ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਲੀਸੀਆ ਤੋਂ ਛੁਪਾ ਕੇ ਰੱਖੀਆਂ ਜਾਂਦੀਆਂ, ਜਾਂ ਉਹਨਾਂ ਦਾ ਸਹੀ ਭੇਤ ਜਿਹੜਾ ਆ ਉਹ ਕਲੀਸੀਆ 'ਤੇ ਪ੍ਰਗਟ ਨਹੀਂ ਕੀਤਾ ਜਾਂਦਾ। ਅੱਛਾ, ਪਰਫੈਕਟ ਤਾਂ ਅਸੀਂ ਜੇ ਸਾਰੇ ਹੀ ਆਖੀਏ ਨਾ, ਤਾਂ ਪਰਫੈਕਟ ਤਾਂ ਇਨਸਾਨ ਦੀ ਜ਼ਿੰਦਗੀ ਮਰਦੇ ਦਮ ਤੱਕ ਹੀ ਨਹੀਂ ਹੁੰਦੀ। ਮੇਰਾ ਇੱਕ ਕੁਐਸਟ ਆ, ਮੈਂ ਇਹ ਪੁੱਛ ਰਹੀ ਹਾਂ ਕਿ ਸਾਨੂੰ, ਮੈਂ ਆਪਣੀ ਗੱਲ ਕਰਨੀ ਕਿਸੇ ਦੀ ਨਹੀਂ ਕਰਦੀ, ਇਹ ਨਹੀਂ ਪਤਾ ਲੱਗਦਾ ਕਿਸ ਮੋੜ 'ਤੇ ਆ ਕੇ ਕਿ ਖੁਦਾ ਨੂੰ ਸਾਡੀ ਕਿਹੜੀ ਗੱਲ ਪਸੰਦ ਨਹੀਂ ਆਉਂਦੀ, ਜਿਹੜੇ ਅਸੀਂ ਮੁਸ਼ਕਲਾਂ ਅਤੇ ਮੁਸੀਬਤਾਂ 'ਚ ਰਹਿੰਦੇ ਹਾਂ, ਕਿਉਂ ਮੁਸ਼ਕਲਾਂ ਅਤੇ ਮੁਸੀਬਤਾਂ ਸਾਡੇ 'ਤੇ ਰਹਿੰਦੀਆਂ ਨੇ, ਸਾਡੇ ਤੋਂ ਕੀ ਗਲਤੀ ਹੁੰਦੀ ਹੈ। ਇਸ ਤੋਂ ਪਹਿਲਾਂ ਅਸੀਂ ਪਿਛਲੇ ਸਬਜੈਕਟ ਨੂੰ ਛੇੜੀਏ ਅਤੇ ਇਹਨਾਂ ਦੇ ਸਵਾਲ ਨੂੰ ਥੋੜ੍ਹੇ ਸ਼ਬਦਾਂ ਵਿੱਚ ਅਸੀਂ ਕਲੀਅਰ ਕਰਾਂਗੇ। ਪੜ੍ਹਾਂਗੇ ਉਤਪਤੀ ਕਿਤਾਬ, ਉਤਪਤੀ ਕਿਤਾਬ ਜੈਨਸਿਸ ਚੈਪਟਰ 12 ਵਰਸ 11 ਤੋਂ ਪੜ੍ਹਾਂਗੇ। ਦੱਸ ਤੋਂ ਬੇਸ਼ੱਕ ਪੜ੍ਹਦੇ। ਤੁਹਾਡਾ ਸਵਾਲ ਇਹ ਹੈ ਵੀ ਕਿਹੜੀ ਐਸੀ ਗੱਲ ਆ ਜਿਹਦੇ ਕਰਕੇ ਉਹ ਨਹੀਂ ਹੋ ਪਾ ਰਿਹਾ ਜੋ ਅਸੀਂ ਚਾਹੁੰਦੇ ਹਾਂ, ਜਾਂ ਖੁਦਾ ਕਿਉਂ ਨਹੀਂ ਕਰਦਾ, ਇਹ ਸਵਾਲ ਆ ਤੁਹਾਡਾ। ਬਿਲਕੁਲ, ਇਹਨੂੰ ਯਾਦ ਰੱਖਾਂ ਆਪਣੇ ਸਵਾਲ ਨੂੰ। ਹਾਂਜੀ, ਪੜ੍ਹਾਂਗੇ ਉਤਪਤੀ ਕਿਤਾਬ 12 ਅਧਿਆਏ ਉਹਦੀ 10 ਵਰਸ ਤੋਂ ਲੈ ਕੇ ਪੜ੍ਹਾਂਗੇ। ਹੌਲੀ ਪੜ੍ਹਾਂਗੇ, ਫਿਰ ਰੁਕ ਰੁਕ ਕੇ ਇਹਦੇ 'ਤੇ ਵਿਚਾਰ ਕਰਾਂਗੇ। ਫਿਰ ਉਸ ਦੇਸ਼ ਵਿੱਚ ਕਾਲ ਪੈ ਗਿਆ ਅਤੇ ਅਬਰਾਹਮ ਵਾਸ ਕਰਨ ਦੇ ਲਈ ਮਿਸਰ ਨੂੰ ਗਿਆ। ਹਾਂਜੀ, ਕਾਲ ਪੈ ਗਿਆ ਤੇ ਕਿੱਥੇ ਗਿਆ? ਮਿਸਰ। ਅਬਰਾਹਮ ਕੌਣ ਆ? ਖੁਦਾ ਦੇ ਉਹਨਾਂ ਲੋਕਾਂ ਦੇ ਵਿੱਚੋਂ ਜਿਹਨੂੰ ਖੁਦਾ ਨੇ ਆਪਣੇ ਮਿੱਤਰ ਦਾ ਦਰਜਾ ਦਿੱਤਾ ਹੈ, ਜਿਹਨੂੰ ਇਮਾਨਦਾਰਾਂ ਦਾ ਬਾਪ ਦਾ ਦਰਜਾ ਦਿੱਤਾ ਹੈ। ਕਾਲ ਪੈ ਗਿਆ ਅਤੇ ਭੁੱਖ ਇੱਕ ਐਸੀ ਚੀਜ਼ ਹੈ ਜਿਹੜੀ ਬੰਦੇ ਨੂੰ ਬੜੀਆਂ ਜਗ੍ਹਾ 'ਤੇ ਲੈ ਜਾਂਦੀ ਹੈ। ਇਹ ਵੀ ਕਿੱਥੇ ਗਿਆ? ਆਪਣੇ ਦੇਸ਼ ਨੂੰ ਛੱਡ ਕੇ ਮਿਸਰ ਨੂੰ ਚੱਲ ਪਿਆ। ਅੱਗੇ ਪੜ੍ਹਾਂਗੇ। ਕਿਉਂਕਿ ਕਾਲ ਧਰਤੀ ਉੱਤੇ ਭਾਰੀ ਸੀ, ਕਾਲ ਧਰਤੀ ਉੱਤੇ ਭਾਰੀ ਸੀ, ਇਉਂ ਹੋਇਆ ਜਦ ਉਹ ਮਿਸਰ ਵਿੱਚ ਵੜਨ ਲਈ ਨੇੜੇ ਆਇਆ ਤਾਂ ਉਸਨੇ ਸਾਰਈ ਆਪਣੀ ਪਤਨੀ ਨੂੰ ਆਖਿਆ, ਹੁਣ ਵੇਖ ਮੈਂ ਜਾਣਦਾ ਹਾਂ ਕਿ ਤੂੰ ਰੂਪਵੰਤੀ ਇਸਤਰੀ ਹੈ। ਰੁਕਾਂਗੇ। ਅੱਜ ਤੱਕ ਬਹੁਤ ਵਾਰੀ ਇਸ ਆਇਤ ਨੂੰ ਤੁਸੀਂ ਪੜ੍ਹਿਆ ਹੋਵੇ, ਅੱਜ ਤੱਕ ਬਹੁਤ ਵਾਰੀ ਇਸ ਆਇਤ ਨੂੰ ਸੁਣਿਆ ਹੋਵੇ, ਲੇਕਿਨ ਪਾਕਰੂ ਦੇ ਵਿੱਚ ਇੱਕ ਗਰੰਟੀ ਹੈ ਵੀ ਜੋ ਅੱਜ ਪਾਕਰੂ ਦੱਸੂਗੀ ਉਹ ਨਹੀਂ ਸੁਣਿਆ ਹੋਵੇ। ਮੈਂ ਨਹੀਂ ਦੱਸਣਾ, ਜੋ ਪਾਕਰੂ ਦੱਸੇਗਾ ਉਹ ਨਹੀਂ ਸੁਣਿਆ ਹੋਵੇਗਾ, ਜਿਹੜਾ ਭੇਤ ਪਾਕਰੂ ਇਹਦੇ ਵਿੱਚੋਂ ਖੋਲੇਗਾ, ਕਿਉਂਕਿ ਅਚਾਨਕ ਸਵਾਲ ਹੈ। ਠੀਕ ਹੈ ਜੀ, ਕੀ ਪਲਾਨਿੰਗ ਸ਼ੁਰੂ ਹੋ ਗਈ ਇੱਕ ਬੰਦੇ ਦੀ ਜਿਹਨੂੰ ਇਮਾਨਦਾਰਾਂ ਦਾ ਬਾਪ ਕਿਹਾ ਗਿਆ, ਜਿਹਨੂੰ ਧਰਮੀਆਂ ਦਾ ਪਿਤਾ ਕਿਹਾ ਗਿਆ, ਜਿਹਦਾ ਇਮਾਨ ਉਹਦੇ ਲਈ ਧਰਮ ਠਹਿਰਿਆ, ਜਿਹਨੂੰ ਖੁਦਾ ਨੇ ਬੁਲਾਇਆ, ਕਿੱਦਾਂ ਦਾ ਬੁਲਾਇਆ ਵੀ ਉਹਨੂੰ ਕਿਹਾ ਆਪਣਾ ਦੇਸ਼ ਛੱਡ, ਆਪਣਾ ਦੇਸ਼ ਛੱਡਣ ਲਈ ਤਿਆਰ ਹੋ ਗਿਆ, ਆਪਣੇ ਰਿਸ਼ਤੇਦਾਰ ਛੱਡ, ਉਹਨਾਂ ਨੂੰ ਛੱਡਣ ਲਈ ਤਿਆਰ ਹੋ ਗਿਆ, ਸਭ ਕੁਛ ਛੱਡ ਕੇ ਪਰਮੇਸ਼ੁਰ ਦੇ ਲਈ ਤੁਰ ਪਿਆ ਆ। ਔਰ ਇਹਦੇ ਉੱਤੇ ਅਗਲੇ ਦਿਨਾਂ 'ਚ ਸਟੱਡੀ ਅਸੀਂ ਸ਼ੁਰੂ ਕਰ ਰਹੇ ਹਾਂ। ਅਬਰਾਹਮ ਦੀਆਂ ਗਲਤੀਆਂ, ਆਮ ਲੋਕਾਂ ਨੂੰ ਪਤਾ ਹੀ ਨਹੀਂ ਕਿ ਅਬਰਾਹਮ ਨੇ ਕੋਈ ਗਲਤੀ ਵੀ ਕੀਤੀ ਸੀ। ਇੱਕ ਗਲਤੀ ਨੂੰ ਲੋਕ ਕਹਿੰਦੇ ਵੀ ਜਦੋਂ ਉਹ
ਕੁਰਬਾਨੀ ਲੈ ਕੇ ਬੈਠਾ ਸੀ ਉਹਦੇ ਤੇ ਨੀਂਦ ਛਾ ਗਈ ਉਹਨੂੰ ਇੱਕ ਡਰਾਵਨਾ ਸੁਪਨਾ ਆਇਆ ਤੇਰੀ ਸੰਤਾਨ 400 ਸਾਲਾਂ ਤੱਕ ਗੁਲਾਮ ਰਹੂਗੀ ਉਹ ਕਹਿੰਦੇ ਕੋਈ ਕਹਿੰਦੇ ਵੀ ਉਹ ਸੌਂ ਗਿਆ ਸੀ ਤਾਂ ਕਰਕੇ ਇਸ ਤਰ੍ਹਾਂ ਹੋਇਆ ਕਿਸੇ ਨੇ ਕਿਹਾ ਵੀ ਉਹਨੇ ਉਹ ਬੱਚੇ ਜਿਹੜੇ ਘੁੱਗੀਆਂ ਦੇ ਸੀ ਉਹਨਾਂ ਦੇ ਟੁਕੜੇ ਨਹੀਂ ਸੀ ਕਿਤੇ ਇਸ ਕਰਕੇ ਹੋ ਗਿਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਆ ਲੇਕਿਨ ਉਹਨਾਂ ਦੇ ਵਿੱਚ ਖੁਦਾ ਨੇ ਜਿਹੜੀ ਆਪਣੀ ਭੇਤ ਛੁਪਾ ਕੇ ਰੱਖੀ ਉਹਨਾਂ ਨੂੰ ਅਗਲੇ ਦਿਨ ਅਸੀਂ ਖੋਲ੍ਹਾਂਗੇ ਖੁਦਾ ਦੇ ਫਜ਼ਲ ਦੇ ਨਾਲ ਜਿਸ ਤਰ੍ਹਾਂ ਪਾਕ ਨੂੰ ਹਿਦਾਇਤ ਕਰੇਗਾ ਇਹ ਬੰਦਾ ਜਿਹਦੇ ਬਾਰੇ ਅਸੀਂ ਪੜ੍ਹ ਰਹੇ ਹਾਂ ਇਹਨੂੰ ਇਮਾਨਦਾਰਾਂ ਦਾ ਬਾਪ ਕਿਹਾ ਗਿਆ ਹੈ ਜ਼ਮੀਨ ਦੇ ਉੱਤੇ ਖੁਦਾ ਨੇ ਕਿਹਾ ਸੀ ਜਿੰਨੇ ਲੋਕ ਅੱਗੇ ਉਹ ਪੈਦਾ ਹੋਣਗੇ ਨਾ ਜਿਹੜੇ ਇਮਾਨ ਲਿਆਉਣਗੇ ਤੂੰ ਉਹਨਾਂ ਦਾ ਬਾਪ ਸਦਾਵੇਂਗਾ ਇਸ ਲਈ ਯਸ਼ੂ ਮਸੀਹ ਨੂੰ ਅੱਗੇ ਜਿਹੜਾ ਜਿਹੜਾ ਲੋਕਾਂ ਨੇ ਬੜੇ ਜ਼ਬਰਦਸਤ ਤਰੀਕੇ ਨਾਲ ਯਸ਼ੂ ਮਸੀਹ ਦੇ ਅੱਗੇ ਆਪਣੇ ਨੂੰ ਪੇਸ਼ ਕੀਤਾ ਨਾ ਯਸ਼ੂ ਮਸੀਹ ਨੇ ਪੂਰਾ ਹੱਥ ਚੁੱਕ ਕੇ ਕਿਹਾ ਕਹਿੰਦਾ ਆਹ ਵੀ ਅਬਰਾਹਮ ਦੀ ਬੇਟੀ ਹੈ ਆਹ ਵੀ ਅਬਰਾਹਮ ਦਾ ਬੇਟਾ ਹੈ ਇੱਥੋਂ ਤੱਕ ਉਹਨੂੰ ਇੱਜ਼ਤ ਦਿੱਤੀ ਗਈ ਅਤੇ ਜਿਹਨੂੰ ਇੱਜ਼ਤ ਦਿੱਤੀ ਗਈ ਆ ਸਵਾਲ ਤੁਹਾਡਾ ਹੈਗਾ ਆ ਸਭ ਕੁਛ ਕਰਦੇ ਕਰਾਉਂਦੇ ਉਹ ਕਿਹੜੀ ਗੱਲ ਆ ਜਿਹੜੀ ਖੁਦਾ ਨੂੰ ਪਸੰਦ ਨਹੀਂ ਆਉਂਦੀ ਅਸੀਂ ਕਹਿੰਦੇ ਹਾਂ ਅਸੀਂ ਦੁਆ ਵੀ ਲੰਬੀ ਕਰਦੇ ਹਾਂ ਅਸੀਂ ਕਹਿੰਦੇ ਅਸੀਂ ਹੁਕਮ ਅਨੁਸਾਰ ਰੋਜ਼ੇ ਵੀ ਰੱਖਦੇ ਹਾਂ ਅਸੀਂ ਕਹਿੰਦੇ ਅਸੀਂ ਹੁਕਮ ਅਨੁਸਾਰ ਚਰਚ ਵਿੱਚ ਵੀ ਜਾਂਦੇ ਹਾਂ ਅਸੀਂ ਕਹਿੰਦੇ ਅਸੀਂ ਹੁਕਮ ਅਨੁਸਾਰ ਦਸਵੰਦਾ ਵੀ ਦਿੰਦੇ ਹਾਂ ਜੋ ਖੁਦਾ ਕਹਿੰਦਾ ਅਸੀਂ ਸਾਰਾ ਕੁਛ ਕਰਦੇ ਹਾਂ ਫਿਰ ਇਹ ਇੱਦਾਂ ਕਿਉਂ ਸਾਡਾ ਸਵਾਲ ਹਮੇਸ਼ਾ ਇਹ ਹੁੰਦਾ ਵੀ ਇਹ ਇੱਦਾਂ ਕਿਉਂ ਹੈ ਅਤੇ ਖੁਦਾ ਦਾ ਜਵਾਬ ਇਹ ਹੈ ਕੀ ਲਿਖਿਆ ਹੁਕਮ ਦੇ ਵਿੱਚ ਯਸ਼ੂ ਮਸੀਹ ਦੇ ਕੌਮਾਂ ਨੂੰ ਸ਼ਗਿਰਦ ਬਣਾਓ ਬਾਪ ਬੇਟੇ ਰੂਹ ਪਾਕ ਦੇ ਨਾਂ 'ਚ ਬਪਤਿਸਮਾ ਦਿਓ ਅਤੇ ਉਹਨਾਂ ਨੂੰ ਸਿਖਾਓ ਕੀ ਸਿਖਾਓ ਭਲਾ ਪਰਮੇਸ਼ੁਰ ਕੀ ਹੈ ਭਲਾ ਸ਼ਗਿਰਦ ਬਣਾਓ ਬਾਪ ਬੇਟੇ ਪਾਕਰੂ ਦੇ ਨਾਂ ਚ ਬਪਤਿਸਮਾ ਦਿਓ ਤੇ ਅਗਲਾ ਸ਼ਬਦ ਜਿਹੜਾ ਹੀਰੋ ਸ਼ਬਦ ਇਹ ਆ ਉਹਨਾਂ ਨੂੰ ਸਿਖਾਓ ਭਈ ਪਰਮੇਸ਼ਵਰ ਦੀ ਕੀ ਮਰਜ਼ੀ ਤੁਹਾਡੀ ਮਰਜ਼ੀ ਨਹੀਂ ਇਹ ਨਹੀਂ ਸਿਖਾਉਣਾ ਇਹਨਾਂ ਦੀ ਮਰਜ਼ੀ ਪੂਰੀ ਹੋਵੇ ਇਹ ਨਹੀਂ ਸਿਖਾਉਣਾ ਮੇਰੀ ਮਰਜ਼ੀ ਪੂਰੀ ਹੋਵੇ ਇਹ ਨਹੀਂ ਸਿਖਾਉਣਾ ਕਿਹਦੀ ਮਰਜ਼ੀ ਉਹਨਾਂ ਨੂੰ ਸਿਖਾਓ ਭਈ ਪਰਮੇਸ਼ਵਰ ਦੀ ਕੀ ਮਰਜ਼ੀ ਤੇ ਅੱਜ ਕੀ ਸਿਖਾਇਆ ਜਾਂਦਾ ਮੰਗੋ ਤੋਂ ਢੂੰਡੋ ਤੋਂ ਜਦੋਂ ਮੰਗ ਗਿਆ ਮਿਲ ਗਿਆ ਫਿਰ ਕੀ ਢੂੰਡਣਾ ਖਟਖੜਾਓ ਤੋਂ ਤੁਹਾਰੇ ਲਈ ਸਾਰੀ ਈਸਾਈਅਤ ਨੂੰ ਇੱਥੇ ਲਿਆ ਕੇ ਲੋਕਾਂ ਨੇ ਰੋਕ ਕੇ ਰੱਖ ਦਿੱਤਾ ਹੈ ਅਤੇ ਯਸ਼ੂ ਮਸੀਹ ਜਿਹਨੂੰ ਪਾਤਸ਼ਾਹ ਕਿਹਾ ਗਿਆ ਉਹਦੀ ਸੰਤਾਨ ਨੂੰ ਮੰਗਤੇ ਬਣਾ ਕੇ ਕਲੀਸੀਆ ਦੇ ਵਿੱਚ ਖੜ੍ਹੇ ਕਰਤੇ ਮੰਗੀ ਜਾਓ ਆਹ ਇਹਨਾਂ ਦੇ ਬੱਚੇ ਆ ਦੋ ਜਿਹਨਾਂ ਨੂੰ ਲੈ ਕੇ ਅਮੈਰੀਕਾ ਦੇ ਵਿੱਚ ਆ ਗਏ ਸੌਖੀਆਂ ਸੌਖੀਆਂ ਉਦਾਹਰਨਾਂ ਲੈ ਕੇ ਆਪਾਂ ਇਹਨੂੰ ਸਿੱਖਾਂਗੇ ਜਿਹੜਾ ਨਾਲ ਨਾਲ ਹੀ ਸਮਝ ਆਈ ਜਾਵੇ ਜਿਹੜਾ ਕਿ ਗਿਆਨਵਾਨ ਬੰਦਾ ਵੀ ਸਮਝ ਸਕੇ ਅਤੇ ਇੱਕ ਬਿਲਕੁਲ ਜਿਹੜਾ ਜਿਹਨੂੰ ਨਹੀਂ ਪਤਾ ਉਹ ਵੀ ਸਮਝ ਸਕੇ ਇਹ ਬੱਚਿਆਂ ਨੂੰ ਲੈ ਕੇ ਆਏ ਆ ਇੱਕ ਕੁੜੀ ਦੀ ਐਡਮਿਸ਼ਨ ਕਰਾ ਦਿੱਤੀ ਤੁਸੀਂ ਇਹ ਬਹੁਤ ਰੋਈ ਸੀ ਤੁਹਾਡੇ ਅੱਗੇ ਤੱਲੇ ਪਾਏ ਸੀ ਇਹਨੇ ਵੀ ਮੰਮੀ ਮੈਂ ਪੜ੍ਹਨਾ ਜ਼ਰੂਰੀ ਮੇਰਾ ਫਿਊਚਰ ਬਣਾ ਦਿਓ ਪਾਏ ਸੀ ਤੁਹਾਨੂੰ ਕਿਉਂ ਕਰਾਏ ਤੁਸੀਂ ਕੀ ਸੋਚਿਆ ਤੁਸੀਂ ਇਹਦੇ ਬਾਰੇ ਇੱਕ ਦੁਨੀਆ ਦੀ ਮਾਂ ਹੋ ਕੇ ਉਹਦੇ ਮੰਗਣ ਤੋਂ ਬਿਨਾਂ ਇਸ ਮਾਂ ਨੂੰ ਇਹਨਾਂ ਦੇ ਬਾਪ ਨੂੰ ਪਤਾ ਹੈ ਵੀ ਇਹਨੂੰ ਐਜੂਕੇਸ਼ਨ ਦੀ ਲੋੜ ਹੈ ਪਤਾ ਇੱਕ ਜਹਾਨ ਦਾ ਮਾਲਕ ਜਿਹਦੇ ਬਾਰੇ ਲਿਖਿਆ ਆਓ ਅਸੀਂ ਆਦਮ ਨੂੰ ਆਪਣੇ ਸਰੂਪ ਦੇ ਉੱਤੇ ਅਤੇ ਆਪਣੇ ਵਰਗਾ ਬਣਾਈਏ ਕਿਉਂ ਬਣਾਈਏ ਅੱਜ ਤੱਕ ਕਿਸੇ ਨੇ ਨਹੀਂ ਦੱਸਿਆ ਉੱਥੇ ਉਹ ਅਗਲੀਆਂ ਲਾਈਨਾਂ ਜ਼ਰੂਰ ਬਣਾ ਦਿੰਦੇ ਆ ਤਾਂ ਜੋ ਧਰਤੀ ਉੱਤੇ ਰਾਜ ਕਰੇ ਸਾਰੇ ਡੰਗਰਾਂ ਉੱਤੇ ਰਾਜ ਕਰੇ ਸਾਰੀਆਂ ਮੱਛੀਆਂ ਉੱਤੇ ਰਾਜ ਕਰੇ ਸਾਰੇ ਬਾਕੀ ਇੱਦਾਂ ਦੀਆਂ ਚੀਜ਼ਾਂ ਸਮਝਾ ਦਿੰਦੇ ਆ ਸਾਰੀ ਕਨਾਤ ਉੱਤੇ ਰਾਜ ਕਰੇ ਇਹਦੇ ਉੱਤੇ ਕਾਹਦਾ ਰਾਜ ਕਰਨਾ ਸੀ ਜੀ ਆਦਮ ਨੇ ਇਹ ਤਾਂ ਫਨਾ ਹੋਣ ਦੇ ਲਈ ਤਿਆਰ ਕੀਤੀ ਗਈ ਅਤੇ ਜਿਹੜੀ ਚੀਜ਼ ਫਨਾ ਹੀ ਹੋ ਜਾਣੀ ਉਹਦੇ 'ਤੇ ਕਾਹਦਾ ਰਾਜ ਸਾਨੂੰ ਪਤਾ ਹੋਵੇ ਵੀ ਕੱਲ੍ਹ ਨੂੰ ਇਸ ਘਰ ਨੂੰ ਅੱਗ ਲੱਗ ਜਾਣੀ ਕਲੀਅਰ ਹੋ ਜਾਵੇ ਵੀ ਕੋਈ ਐਸੀ ਗੱਲ ਇਹਦੇ ਵਿੱਚ ਪਾਈ ਗਈ ਹੈ ਵੀ ਇਹਨੂੰ ਆਪਣੇ ਆਪ ਹੀ ਕੱਲ੍ਹ ਨੂੰ ਅੱਗ ਲੱਗ ਜਾਣੀ ਫਿਰ ਹਾਂਜੀ ਹੁਣ ਪਤਾ ਲੱਗ ਜਾਵੇ ਇੱਥੇ ਉਹ ਅਜਗਰ ਸਾਹਿਬ ਅੰਦਰ ਆ ਗਿਆ ਅਤੇ ਸਭ ਤੋਂ ਪਹਿਲਾਂ ਨਿਆਣੇ ਲੈ ਕੇ ਬਾਹਰ ਭੱਜਣਾ ਹਾਂਜੀ ਹਾਂਜੀ ਜੋ ਕਿਸੇ ਨੂੰ ਨਿਕਲਣਾ ਜਾਵੇ ਨਹੀਂ ਨਾ ਦੇਣਾ ਅਤੇ ਜਿਹੜੀ ਕਾਇਨਾਤ ਦੇ ਬਾਰੇ ਬਾਈਬਲ 'ਚ ਲਿਖ ਦਿੱਤਾ ਗਿਆ ਵੀ ਇਹ ਨਾਸ਼ ਦੇ ਅਧੀਨ ਕੀਤੀ ਗਈ ਹੈ ਉਹਦੇ ਬਾਰੇ ਫਿਰ ਕੀ ਸੋਚਣਾ ਮੈਂ
अजे तक तो इस सवाल नूं किसी ने क्लीयर नहीं किया भी आदमी नूं परमेश्वर ने बनाया ही कादे लई है। जे तो कही इबादत लई आराधना लई बनाया सीगा तां ते फरिश्ते बहुत सीगे बंदे दे जो बंदा तो उहदे फरिश्ते वांग कर भी नहीं सकता। इसलिए पलूस ने लिख दिता कहिंदा तीसरे कास्ट ते जदों मैं उठाया गया ना तो जिहड़ा इंतजाम है उत्थे देख के आया इंसानां दे विच ते उहदा जिक्र करना भी योग नहीं करता फायदा नहीं कहिंदा सर कहिंदा ते दसंदा भी कोई फायदा नहीं क्योंकि जो मर्जी उहदी उत्थे पूरी हुंदी ना उह ते 1% भी कहिंदा इत्थे नहीं गई नज़र ही नहीं आती वो जी मर्जी वह चाहता है। इसलिए कहना इंसान वर्णन करना योग ही नहीं है। सब तो पहली तो समस्या यह है भी सानू अजे तक यह नहीं पता किसी भी मजहब किसी भी धर्म किसी भी जाति किसी भी मिशन के बंदे नू भी असल दे विच खुदा ने बंदे नू बनाया ही कादे लिए। असि थोड़े जे अपने तजर्बे के नाल हासिल किया भी नहीं उन्हें इबादत लई नहीं बनाया उन्हें फैलोशिप लई बनाया। तो किसी ने भी सवाल किया कहना कि वह उदास कि वह दिल नहीं चलाता कि वह कला से जोड़ा उन्हें जरूर सी संगति की संगति दे लई ही बनाया सी लेकिन संगति दे नाल उहदे पिछे उहदा कोई वड्डा प्लान सी जिहनू कदी भी किसी ने जानने की कोशिश नहीं की। जिदन उस चीज़ नूं जान गया ना उदन तुसीं इह सवाल नहीं करना हाँ जी जो तुम पैदा हुए सूरत संभाले तुम पता से अमरीका जाना लै मेनू कदी जहाज दे बूंडे नाल टका के लै गए ना बड़े निक्की एडे कोई आवाज इना बच्चा जिडी जदों की मैं ख्वाहिश रखी सी देखी जाए किथे किथे कोई परमेश्वर दी मर्जी सी कोई परमेश्वर दा प्लान सी कि कदी असी पाखरू च बैठ के दुआ करके ओनू पता भी तेरी की मंशा है तेरी की मर्जी है तू मेरे जीवन तो की चाहना। असी हुण इह कह दे भी नहीं असी अनपढ़ असी तो उहदी दवाई भी नहीं दे सकते असी तो उहदे बारे दस भी नहीं सकते। मैं तो किन्नियां पास्टर जी गवाहियां दिंदी मैं दस लगा भी उह तो खुदा ऐसा है भी जिहड़ा गुंगियां दी जबान खोल सकदा अनपढ़ नूं इस्तेमाल कर सकदा है उहदे लई तो कोई कम मुश्किल ही नहीं है। हुण गल आ जाइए यीशु मसीह कहिंदा कोमा नूं शागिर्द बनाओ डिसाइपल ते डिसिप्लिन दा आपस विच बहुत एक जबरदस्त तालमेल है। जिन्नी देर तक डिसिप्लिन नहीं गा उन्नी देर तक डिसाइपल नहीं गा। इसलिए सब तो पहला डिसिप्लिन दा होना जरूरी है ता कि डिसाइपल जिहड़ा उह तैयार हो सके ते जिथे डिसिप्लिन नहीं गा उत्थे डिसाइपल ते कदे बन ही नहीं सकदा। ठीक है जी ये बंदा काल पै गया ते अपनी अकल दे नाल एक ऐसे देश में चल पाया भी उत्थे चलते उहदे लागे जो पहुंचया तो प्लान शुरू कर दिती है। की प्लान शुरू कर दिती उन्हें देखा कि मेरी औरत जिहड़ी है खूबसूरत है तो प्लानिंग शुरू हो गई। की कह रहा उन्हूं कहिंदा वेख तू बहुत खूबसूरत है जे मिसरियां नूं पता लग्या भी तू मेरी तीवी है तेरे कारण वह मैनूं मार देंगे। इसलिए कहता हूँ आप योजना बनाने जो आप उत्थे जावे ना तो तू कहीं भी ये मेरा बंदा नहीं गा असी भैन भरा। ठीक है प्लान शुरू हो गया ईमानदारा के पिते का प्लान शुरू होया परमेश्वर तो नहीं पुछ रहे ना जिथे काल पे उतो तुरन लगे पुछे ना जिथे पहुंचे है उहदे एंटर होण तो पहला पुछया भी तू दस भी सानू की करना चाहिए नहीं पुछया। प्लान कौन पुछदा है एक होर हवाला पढ़ांगे फिर इहनूं खोल दिया गल नूं
रूथ की किताब का एक अध्याय ओदियां पहली वर्स पढ़ो। इना टाइम ना लाया करो, सफा सैमुअल नबी की किताब तो पहला, नैयां की किताब तो बाद, बाइबल की छेवीं किताब। नैयां तो बाद पांच पहलियां मूसा दी हो गई, जो होशाया हो गई, तो उसके बाद नए, तो फिर उसके बाद ये सतवीं किताब तो बाद। खुदा दे घर वाली जगह दा रहण वाला बंदा काल दे डर दे मारे किथे जान नूं तैयार हो गया, मुआब देश विच कहिंदा चल गया। अपनी योजना, अपना तरीका, अपनी अकल, पहुंच गए उत्थे। सब तो पहला इस औरत का बंदा जाता है, फिर बच्चे मर गए। ये औरत जो वापस आई है तो वो शब्द हम सुना भी ठीक हिंदी में, उन्नी आयत पढ़ो जी, एक दिन उन्नी। सो ओ दोवें तुर पईयां इत्थों तोड़ी जो बैतलहम विच आईयां। कित्थे आईयां दुबारा? बैतलहम नूं छड्ड के गईयां सीगियां, ते दुबारा कित्थे आउणा पिया? बैतलहम दे विच। लेकिन फर्क आ गया हुण, जदों छड्ड के गईयां सी उहदा पति वी नाल सी ते बच्चे वी सी, पर हुण किद्दां आउण डई आ? ना पति नाल आ ते ना ना ही बच्चे नाल। वापस बैतलहम च आईयां। अगे पढ़ो जी। जद ओ बैतलहम विच आ वड़ियां ता सारे शहर विच रौला पै गया अते तीवियां बोलियां कि ए नाओमी है। बस ए की ए नाओमी है सवाल आ, अगे क्वेश्चन मार्क ने रख्या सवाल। बैतलहम दे विच जिहड़ी उहदे चेहरे दी रौनक सी उह खत्म हो चुकी। बैतलहम दे विच परमेश्वर दा जिहड़ा जलाल उहनां ते ठहरिया होया सी उह जांदा लग्गिया। सब कुछ उजाड़ के, सब कुछ उजड़न तो बाद दोबारा फिर उत्थे ही आईयां कि लोग सवाल कर रहे कहिंदे कि ये उही नौमी। ते नौमी नाम दा अर्थ सी भरी हुई झोली वाली, मुबारक स्त्री, ठीक है जी। अगे नौमी कबूल नहीं कर रही, फिर अगले ने सवाल किया कहिंदे कि ये नौमी है, ते अगे नौमी दा लफ्ज़ पढ़ो जी की कह रही है। उसने उन्हां नूं आख्या मैनूं नौमी ना आखो, मारा दा अर्थ सखनी झोली वाली, खाली झोली वाली। मैनू नौमी ना आखो, मैनू मारा आखो, क्यों जो मैं भरी झोली गई सी ते खाली झोली वापस आई। ये बैतलहम नूं छड्ड के गई अपनी अकल दे नाल, अपनी समझ दे नाल। अज हर इंसान भगती कर रहा अपनी अकल दे नाल, इबादत कर रहा अपनी समझ दे नाल। उन्हें पता ही नहीं है परमेश्वर की मर्जी है। इबादत ओहो ही कबूल होनी है जिहड़ी परमेश्वर की मर्जी के अनुसार की जाऊगी। वो इबादत कदे कबूल नहीं होनी जिहड़ी परमेश्वर की मर्जी के अनुसार ना। असीं कहिंदे रहिंदे हां इबादत असीं करदे, सब कुछ करदे, फिर ये क्यों? सब तो पहला जवाब, इबादत करन वाला बंदा कदे भी ये सवाल नहीं करेगा कि मैं ये तां क्यों हां। पहला गल, जे उन्हूं अर्थ का पता हो भी इबादत कहिंदे की है, सब तो पहला सवाल। जदों सानूं यह पता लग गया भी खुदा है की है, तो जिहदी इबादत असीं करदे हां वह है कौन है, तो फिर यह सवाल जिहड़े एक खत्म हो जाते, इन्हां दा कोई मायना नहीं रहिंदा। फिर भावें अग की भट्ठी च होवे ते पहला की कहिंदे आ, इह बादशाह सानूं कोई चिंता नहीं, साडा खुदा एडा ताकतवर है जिन्हों असी इबादत करते हैं, जिन्होंने असं मानते हैं ना, वो एडा ताकतवर भी इस चो बचाउन दी सानू ताकत रखता है। पर कहिंदे तेरे लिए एक जरूर तेरिया होर अखां खोल दी, जिन्होंने असी मानते हैं सानू बचाउन दी ताकत रखता है,
पर हे राजा जो तू चाहना वो असी नहीं करना, बेशक साडा खुदा सानू बचावे ते भावे असी ते बचन वाले खुदा दे कोल आए आ, असी ओदी इबादत करदे आ जिहदे बारे असी सुनिया भी वह मिस्र चो कढ के लियाउण वाला खुदा आ। असी उस खुदा की इबादत कर करके लोगों नूं दसदे आ जिहड़ा पानी नूं दो हिस्से करके उहदे चो कढ के लियाउण वाला आ, जिहड़ा जंगल दे विच 40 साल रोटी खलाउण वाला आ। असी उस खुदा दियां उन्हां गल्लां नूं लोकां दे विच उजागर करदे आ ते लोक फिर इन्हां गल्लां दे लालच दे मारे हुए साडे प्रभु यीशु मसीह दे कोल आउंदे आ वी जिहड़ा उन्हां दे लई दो हिस्से कर सकदा इस समुंदर नूं उह साडे लई वी कर सकदा आ। जिहड़ा 40 साल तक उन्हां नूं रोटी खिला सकदा सीगा उह सानूं वी खिला सकदा आ। इत्थों तक ही लोकां नूं रख दित्ता, अगे दस्सिया ही नहीं गा, असली मिशन तो जाणू ही नहीं कराया, असली गल तो दस्या ही नहीं भी असल जिहड़ी जिंदगी आ, असल जिहड़ा जीवन आ उह की आ, मिस्र दा जीवन वखरा जीवन, मिस्र तो निकलन की तैयारी का अलग मीनिंग, समुद्र के विचों दी लंघना उहदा अलग मीनिंग, 40 साल जंगल दे विच रहण दा अलग मीनिंग। इत्थे दी लड़ाई जिहड़ी आ इह खुदा लड़ रहा आ, ते अजे तक लोगों नूं इही सिखाया गया आ भी साडी जंग जिन्हां दी लड़दा यहोवा उह जंग कदे बड़ी जोर जोर दीआं ताड़ियां मार मार के छदाई जे हो जांदे आ, फिर उह गैर जवान बोल लग पए ते कहिंदे बड़ी भरपूरी सीगी। हुण दी लड़ाई यहोवा नहीं लड़दा, जिंदगी दे विच इस चीज़ का ध्यान रखना है। ये जिहड़ा तौबा करके बपतिस्मा लैके पैदा होया यीशु दी सूरत दे विच, इस बंदे दी लड़ाई यहोवा ने हुण नहीं लड़नी। तो सानू तो पता ही नहीं भी असीं गाने किहड़े लिखने हैं, किहड़े गुणे सानू ते पता, साडा मजा जिहा होना चाहीदा, ताड़ी जी मार के रूह च बंदा भरे, थोड़ी जी गैर जवान जी बोले ना, असीं वी कहिंदे बड़ी भरपूरी सी भी बड़ा आनंद सी, उन्नी देर तो आनंद ही नहीं होता जिन्नी देर तक गैर जवान ने जी ने बोले। ईमानदार जिहड़ा नवें सिरे तो पैदा होया उहदी जिंदगी वखरी है, जिहड़ा जल ते आत्मा तो पैदा होया उहदी जिंदगी वखरी है। इक्को थां ते दो लफ्ज़ आ पर अज तक प्रचार और दोनों लफ्ज़ां नूं इक करके बयान किया गया है। यीशु मसीह ने निकोदेम नूं कहा जिंदर नवें सिरे तो पैदा नहीं हुंदा उन्नी देर तक स्वर्ग की बादशाह जवाड़ नहीं सकता, जिंदर जल ते आत्मा तो पैदा नहीं हुंदा उन्नी देर तक उन्हूं देख नहीं सकता। तो आ जी गिनती असं देखते हैं साइया की 20 करोड़ 25 करोड़ एक अरब, यह जल ते आत्मा तो पैदा हुए लोग आ, नवे सिरे तो पैदा हुए लोग नहीं। जेडे नवे सिरे तो पैदा हुए लोग आ उन्होंने पता है खुदा ने साड़ी कोई मदद नहीं करनी, 1% भी किसी भी जगह के उत्ते उन्हें साड़ी कोई मदद नहीं करनी। क्यों नहीं करनी? बैबल च लिखा पुरुष कहिंदा तुसी उहदी देही वांगू उसरदे जाओ, उहदी शकलो सूरत उत्ते बनदे जाओ। जिहदी शकलो सूरत दे उत्ते बनना है चारे अंजीलां दे विच्चों दिखा दिओ किते खुदा ने उहदी मदद कीती, बल्कि ये जरूर लिखा हे पिता तू मैनू क्यों छड्ड दित्ता, क्यों जिहड़ा काम तेनू करन दे लई भेजिया वह तेनू करना पैना है जे तू अपने छोटे भरा चाहना है। जिहड़ी चीज़ मैं तैयार कर रहा आज तो जिहदे विच मैं तेरे नाल तेरे धर्मी भरावां नूं ठहराउणा आ, वह जिहनू तैयार कर रहा ते उहदे जिहड़े वारस बनाउणे ना मैं उहनां नूं आप ही उहदे काबिल बनना पैना है। तो असी दिन रात गोडे टेक टेक के 40-40 रोजे रख रख के खुदा दे अगे मिन्नतां तले करी जाने, खुदा मैनू पाक बना, खुदा मैनू पवित्र बना। उहदे पाक लहू ने जदों बहाया गया सी उसे दिन उहने साडे छुटकारे दा इंतजाम कर दिता सी, ते जदों असी उस लहू नूं अपनी जिंदगी च लै लैने ते उसे दिन ही पाक साफ हो जाने। उस तों अगला जिहड़ा काम है उह साडा आ। आम साडे कई कहिंदे ने मां जन्म दिंदी है कर्म नहीं दिंदी, अमल जिहड़े उह नहीं दिंदी, उह अमल सानू करने पैणे आ। जे मैं SSP बनना है तो उहदी तैयारी मैनू करनी पैणी है, जे मैं इंजीनियर बनना उहदी तैयारी मैनू मां ने नहीं करनी, मेरी थां ते मां ने एग्जाम्पल जाके एग्जाम नहीं दे के आउणा, मेरी थां ते जाके मां ने नहीं IAS दे अफसर दे जाके पेपर दे के आउणे, उह पेपर मैनू ही देने पैणे जे मैं उस मुकाम तक पहुँचना है। खुदा ने किते कोई मदद नहीं किसी की करनी, लोगों ने भुलेखा है। हाँ तुसीं तैयारी करो, एक सहायक दिता है उन्हें
ਜਿਹੜਾ ਉਹਨਾਂ ਗੱਲਾਂ ਦੇ ਵਿੱਚ ਤੁਹਾਡੀ ਸਹਾਇਤਾ ਕਰੂਗਾ ਜਿਹੜੀਆਂ ਤੁਹਾਡੀ ਸਮਝ ਤੋਂ ਬਾਹਰ ਦੀਆਂ ਜਿਹਨਾਂ ਨੂੰ ਤੁਸੀਂ ਆਪ ਸਮਝ ਨਹੀਂ ਸਕਦੇ ਜਿਹਨਾਂ ਤੁਸੀਂ ਅੰਡਰਸਟੈਂਡ ਨਹੀਂ ਕਰ ਸਕਦੇ ਜਿਹਨਾਂ ਤੁਸੀਂ ਆਪਣੀ ਅਕਲ ਦੇ ਨਾਲ ਪਾ ਨਹੀਂ ਸਕਦੇ ਉਹਦੇ ਲਈ ਮਦਦਗਾਰ ਦਿੱਤਾ ਗਿਆ ਆ ਜਿਹੜਾ ਉਹਨਾਂ ਗੱਲਾਂ ਦੇ ਵਿੱਚ ਪਰ ਉਹਦੇ ਲਈ ਤਾਂ ਇਸ ਵੀ ਮਦਦ ਮੰਗੀ ਕਦੀ ਅਸੀਂ ਪਾਗਰੂ ਕੋਈ ਵੀ ਮੰਗਦੇ ਹਾਂ ਕੋਠੀ ਦੇ ਲਈ ਪਾਗਰੂ ਭੁੱਖ ਨਹੀਂ ਮੰਗੀ ਜਾਂਦੇ ਪਾਗਰੂ ਕਹਿੰਦਾ ਮੈਂ ਤੈਨੂੰ ਗੱਡੀ ਦੇਣੀ ਆ ਨਾ ਮੈਂ ਤੈਨੂੰ ਨੌਕਰੀ ਦੇਣਾ ਆ ਨਾ ਮੈਂ ਤੈਨੂੰ ਚੰਗਾ ਘਰ ਦੇਣਾ ਆ ਮੈਂ ਤੇ ਤੈਨੂੰ ਉਸ ਜਹਾਨ ਦੇ ਲਈ ਤਿਆਰ ਕਰਨ ਵਾਸਤੇ ਆਇਆ ਜਿੱਥੇ ਯਸੂ ਦੀ ਮਾਨਦ ਬਣੇਗਾ ਤੇ ਦਾਖਲ ਹੋਵੇਗਾ ਨਹੀਂ ਤੇ ਦੇਖ ਵੀ ਨਹੀਂ ਸਕਦਾ ਤੇ ਤੂੰ ਆਹ ਨਾਸ਼ਵਾਨ ਚੀਜ਼ਾਂ ਮੇਰੇ ਕੋਲ ਮੰਗੀ ਜਾਣਾ ਤੇ ਹੁਣ ਕੀ ਅੱਗੇ ਖੁਦਾ ਦਾ ਪਲਾਨ ਹੈ ਜਦੋਂ ਅਸੀਂ ਆਪਣੀਆਂ ਪਲਾਨਿੰਗਾਂ ਸ਼ੁਰੂ ਕਰਦੇ ਹਾਂ ਤੇ ਫਿਰ ਕਿੱਦਾਂ ਸਾਨੂੰ ਸਾਡੀ ਪਲਾਨਿੰਗ ਦੇ ਉੱਤੇ ਉਹ ਛੱਡ ਦਿੰਦਾ ਅਬਰਾਹਮ ਨੇ ਯੋਜਨਾ ਬਣਾਉਣੀ ਸ਼ੁਰੂ ਕੀਤੀ ਕਹਿੰਦਾ ਵੀ ਤੂੰ ਉੱਥੇ ਜਾ ਕੇ ਕਹਿ ਦੀ ਵੀ ਤੂੰ ਮੇਰੀ ਭੈਣ ਹੈ ਤੇ ਫਿਰ ਕਹਿੰਦਾ ਤੁਮੇ ਬੱਚੀ ਰਹੋਗੀ ਤੇ ਮੰਮੀ ਬੱਚਾ ਰਹੇਗੀ ਤੇ ਖੁਦਾ ਉੱਪਰ ਦੇਖਦਾ ਉਹਨਾਂ ਨੂੰ ਪਲਾਨ ਸ਼ੁਰੂ ਹੋ ਗਈ ਤੇ ਖੁਦਾ ਨੇ ਮਦਦ ਕੀਤੀ ਖੁਦਾ ਨੇ ਉਹਨਾਂ ਨੂੰ ਉਹਨਾਂ ਦੀ ਪਲਾਨਿੰਗ ਦੇ ਵਿੱਚ ਸ਼ਾਮਿਲ ਬਣਾਓ ਕਹਿੰਦਾ ਪਲਾਨ ਕਰੋ ਮੈਂ ਦੇਖਦਾ ਤੁਸੀਂ ਕੀ ਕਰ ਲੈਂਦੇ ਅੱਜ ਅਸੀਂ ਕਹਿੰਦੇ ਤਾਂ ਕਿ ਪਾਗਰੂ ਪਾਏ ਹੋਏ ਹਾਂ ਗਿਆ ਜਮਾਂ 'ਚ ਭਾਸ਼ਾ 'ਚ ਦੁਆ ਵੀ ਕਰੀ ਜਾਂਦੇ ਪਰ ਸਾਨੂੰ ਪਤਾ ਹੀ ਨਹੀਂਗਾ ਵੀ ਖੁਦਾ ਕੀ ਕੁਛ ਕਰਨ ਦੇ ਲਈ ਹੈਗਾ ਆ ਕੀ ਕਰ ਸਕਦਾ ਹੈ ਅਤੇ ਕੀ ਨਹੀਂ ਕਰ ਸਕਦਾ ਕੀ ਉਹਨੇ ਕਰਨਾ ਕੀ ਅਸੀਂ ਕਰਨਾ ਸਾਨੂੰ ਪਤਾ ਹੀ ਨਹੀਂ ਅਜੇ ਤੱਕ ਉਹਨੇ ਫਿਰ ਉਹਨਾਂ ਦੇ ਪਲਾਨ ਦੇ ਵਿੱਚ ਛੱਡਤਾ ਅੱਗੇ ਫਿਰ ਉਹਦਾ ਨਤੀਜਾ ਕਿਆ ਆਇਆ ਤੂੰ ਆਖੀ ਕਿ ਮੈਂ ਉਹਦੀ ਭੈਣ ਹਾਂ ਤਾਂ ਜੋ ਤੇਰੇ ਕਾਰਨ ਮੇਰਾ ਭਲਾ ਹੋਵੇ ਅਤੇ ਮੇਰੀ ਜਾਨ ਤੇਰੇ ਕਾਰਨ ਬਚ ਕੇ ਦੇ ਕਾਰਨ ਲਓ ਜੀ ਜਨਾਨੀ ਦੇ ਕਾਰਨ ਤੀਵੀਂ ਦੇ ਕਾਰਨ ਔਰਤ ਦੇ ਕਾਰਨ ਆਪਣੀ ਜਾਨ ਬਚਾਉਂਦਾ ਪਰਮੇਸ਼ੁਰ ਦੇ ਕਾਰਨ ਨਹੀਂ ਕਿਹਦੇ ਕਾਰਨ ਦੱਸੋ ਨਹੀਂ ਇਹਨੂੰ ਕਹਿੰਦੇ ਇਮਾਨਦਾਰ ਸੀਗਾ ਹਾਏ ਉਸ ਮਰਦ ਦੇ ਉੱਤੇ ਲਾਨਤ ਉਸ ਮਰਦ ਦੇ ਉੱਤੇ ਜਿਹੜਾ ਕਿਸੇ ਦੂਜੇ ਮਰਦ ਦਾ ਭਰੋਸਾ ਰੱਖੇ ਤੇ ਇਹ ਹੁਣ ਖੁਦਾ ਨੂੰ ਭੁੱਲ ਗਿਆ ਹੈ ਤਾਂ ਨੇ ਸ਼ਦਾਈ ਕਰ ਦਿੱਤਾ ਤੇ ਹੁਣ ਆਪਣੀ ਪਲਾਨ ਸ਼ੁਰੂ ਜਦੋਂ ਮੈਂ ਸ਼ਦਾਈ ਕਹਿੰਦਾ ਤੁਸੀਂ ਆਪਣੀਆਂ ਪਲਾਨਿੰਗਾਂ ਸ਼ੁਰੂ ਹੋ ਜਾਂਦੀਆਂ ਖੁਦਾ ਦਾ ਤਾਂ ਫਿਰ ਉੱਦਾਂ ਹੀ ਕਹਿੰਦਾ ਅਸੀਂ ਸਾਈ ਸੂਈ ਆ ਗਏ ਸਾਈ ਸੂਈ ਹੁੰਦੇ ਹੁੰਦੇ ਕੋਈ ਨਹੀਂ ਉੱਦਾਂ ਨੂੰ ਫਕੜ ਜਾਂਦਾ ਵੀ ਮੈਂ ਜਿਉਂਦੇ ਖੁਦਾ ਨੂੰ ਮੰਨਦਾ ਹੈ ਜਿਹੜਾ ਜਨਮਿਆ ਜਿਹੜਾ ਮਰਿਆ ਅਤੇ ਜਿਹੜਾ ਜੀ ਉੱਠਿਆ ਮੈਂ ਉਸ ਖੁਦਾ ਨੂੰ ਮੰਨਦਾ ਕਿਉਂਕਿ ਯਸ ਤੋਂ ਇਲਾਵਾ ਕੋਈ ਦੂਸਰਾ ਜਹਾਨ ਦੇ ਵਿੱਚ ਜੀ ਆਏ ਨਹੀਂ ਦੁਬਾਰਾ ਕੋਈ ਜਿੰਦਾ ਵੀ ਹੋਇਆ ਇੱਕੋ ਸ਼ਖਸ ਜਿਹੜਾ ਦੁਬਾਰਾ ਜੀ ਉੱਠਿਆ ਮੌਤ ਦੇ ਉੱਤੇ ਫਤਿਹ ਪਾਈ ਉਸ ਯਸੂ ਨੂੰ ਮੰਨਦੇ ਹੋਏ ਲੋਕ ਜਦੋਂ ਆਪਣੀ ਪਲਾਨ ਕਰਦੇ ਆ ਉਦੋਂ ਦਾ ਦਿਲ ਕਿੰਨਾ ਕੁ ਦੁਖਦਾ ਹੈ ਇਹ ਅਸੀਂ ਕਦੀ ਸੋਚ ਵੀ ਨਹੀਂ ਸਕਦੇ ਉਹਨਾਂ ਨੂੰ ਸਿਖਾਓ ਵੀ ਪਰਮੇਸ਼ੁਰ ਦੀ ਕੀ ਮਰਜ਼ੀ ਆ ਕਿਉਂ ਸਿਖਾਓ ਮਰਜ਼ੀ ਕਿਉਂਕਿ ਕਹਿੰਦਾ ਮੈਨੂੰ ਪਿਤਾ ਨੇ ਭੇਜਿਆ ਤੇ ਮੈਂ ਉਹਦੀ ਮਰਜ਼ੀ ਨੂੰ ਪੂਰਾ ਕੀਤਾ ਕਿਤੇ ਵੀ ਕਹਿੰਦਾ ਮੈਂ ਆਪਣੀ ਮਰਜ਼ੀ ਨੂੰ ਪੂਰਾ ਨਹੀਂ ਕੀਤਾ ਜਿੱਥੇ ਵੀ ਕੀਤਾ ਉਹਦੀ ਮਰਜ਼ੀ ਨੂੰ ਕੀਤਾ ਗਤਸਮਨੀ ਬਾਗ ਦੇ ਵਿੱਚ ਉਹਨੂੰ ਪਤਾ ਸੀ ਕਿ ਮੇਰਾ ਹਸ਼ਰ ਕੀ ਹੋਣ ਵਾਲਾ ਉਹਦੇ ਲਈ ਉਹਨੇ ਪਰਮੇਸ਼ੁਰ ਦੇ ਅੱਗੇ ਆਪਣੀ ਦਰਖਾਸਤ ਜ਼ਰੂਰ ਰੱਖੀ ਵੀ ਜੇ ਤੈਨੂੰ ਚੰਗਾ ਲੱਗੇ ਤਾਂ ਕੋਈ ਹੋਰ ਯੋਜਨਾ ਬਣਾ ਲਾ ਇਨਸਾਨ ਦੀ ਨਜਾਤ ਦੇ ਵਾਸਤੇ ਤੇਰੇ ਲਈ ਤਾਂ ਕੋਈ ਮੁਸ਼ਕਲ ਨਹੀਂ ਤੂੰ ਤਾਂ ਉੱਦਾਂ ਵੀ ਲਿਜਾ ਸਕਦਾ ਤੈਨੂੰ ਕਿਹੜਾ ਕਿਸੇ ਨੇ ਚੈਲੇਂਜ ਕਰਨਾ ਖੁਦਾ ਦੇ ਲਈ ਕੋਈ ਚੈਲੇਂਜ ਕਰਨ ਵਾਲਾ ਬੰਦਾ ਥੋੜ੍ਹੀ ਉਹਦੀ ਮਰਜ਼ੀ ਸਵੇਰੇ ਜਿਹੜਾ ਮਰਜ਼ੀ ਕਾਨੂੰਨ ਬਣਾ ਦੇ ਜੋ ਮਰਜ਼ੀ ਉਹ ਕਰਦਾ ਆ ਉਹ ਸਭ ਕੁਛ ਕਰਨ ਦੀ ਤਾਕਤ ਰੱਖਦਾ ਆ ਉਹਦੇ ਲਈ ਕੋਈ ਕੰਮ ਮੁਸ਼ਕਲ ਨਹੀਂ ਉਹ ਕਹਿ ਸਕਦਾ ਔਰ ਯਸ ਮਸੀਹ ਨੇ ਉਹੀ ਦਰਖਾਸਤ ਉਹਦੇ ਰੱਖੀ ਕਿ ਜੇ ਤੈਨੂੰ ਭਾਵੇ ਜੇ ਤੈਨੂੰ ਚੰਗਾ ਲੱਗੇ ਇਹ ਪਿਆਲਾ ਮੇਰੇ ਹਟ ਜਾਵੇ ਤੇ ਸ਼ਤਾਨ ਬੜਾ ਖੁਸ਼ ਹੋਇਆ ਫਿਰ ਕਹਿੰਦਾ ਲਓ ਜੀ ਆਹ ਭੇਜਿਆ ਸੀਗਾ ਇਹਨੇ ਵੀ ਹੁਣ ਆਪਣੀ ਮਰਜ਼ੀ ਰੱਖ ਦਿੱਤੀ ਹੈ ਖੁਦਾ ਦੇ ਲੇਕਿਨ ਉੱਥੇ ਮਰ ਗਿਆ ਫਿਰ ਰੋਣ ਲੱਗ ਪਿਆ ਤਾਂ ਹਾਂ ਮਾਰ ਮਾਰ ਕੇ ਜਦੋਂ ਉਹਨੇ ਅਗਲਾ ਲਫ਼ਜ਼ ਕਿਹਾ ਕਹਿੰਦਾ ਪਰ ਫਿਰ ਵੀ ਜੇ ਮੇਰੇ ਪੀਤੇ ਬਿਨਾਂ ਇਹ ਨਹੀਂ ਟਲ ਸਕਦਾ ਤੇ ਫਿਰ ਮੇਰੀ ਨਹੀਂ ਤੇਰੀ ਮਰਜ਼ੀ ਉਂਗਲ ਕੱਟੀ ਗਈ ਕਿਹਦੀ ਮਰਜ਼ੀ ਪੂਰੀ ਤੁਹਾਡੀ ਕੋਈ ਕੱਲ ਨੂੰ ਬਾਂਹ ਕੱਟੀ ਜਾਵੇ ਕੱਲ ਨੂੰ ਜਾਨ ਚਲੀ ਜਾਵੇ ਤੇ ਫਿਰ ਕਾਹਦੇ ਤਰ ਰਹੇ ਕਾਹਦੀਆਂ ਦੁਆ ਫਿਰ ਤੇ ਹੌਸਲੇ ਦੇ ਲਈ ਉਹਨੂੰ ਕਹੋ ਵੀ ਸਾਡੇ ਜੀਵਨ ਦੇ ਵਿੱਚ ਜੋ ਵੀ ਵਾਪਰੇ ਤੂੰ ਸਾਨੂੰ ਇੰਨੀ ਤਾਕਤ ਬਖਸ਼
ਤੇ ਪਾਤਰੂ ਸਾਡੇ ਨਾਲ ਇਸ ਤਰ੍ਹਾਂ ਰਵੇ ਵੀ ਅਸੀਂ ਹਰ ਮੁਸੀਬਤ ਦੇ ਵਿੱਚ ਤੇਰੇ ਮਨ ਨੂੰ ਭਾਈਏ ਔਰ ਤੇਰੀ ਇੱਛਾ ਨੂੰ ਪੂਰਾ ਕਰ ਸਕੀਏ। 10,000 ਤੋਂ 50,000 ਦੀ ਸੈਲਰੀ ਹੋ ਗਈ ਸਾਰੀ ਸ਼ੁਕਰਗੁਜ਼ਾਰੀ ਕਰਦੇ ਨੇ, ਗਵਾਹੀਆਂ ਦਿੰਦੇ ਉੱਥੇ ਆ ਜਿੱਦਾਂ 10,000 ਤੋਂ 1,000 ਤੇ ਆਉਂਦੀ ਉੱਧਰ ਵੀ ਕਈ ਵਾਰੀ ਹੁੰਦਾ। ਇਹ ਤੇ ਖੁਦਾ ਦਾ ਸ਼ੁਕਰ ਆ ਵੀ ਬਹੁਤ ਉਹਦੀ ਕਿਰਪਾ ਸੀ। ਇਹ ਬੰਦੇ ਨੇ ਕਾਨ ਸ਼ੁਰੂ ਕੀਤੀ ਕਹਿੰਦਾ ਤੇਰੇ ਕਾਰਨ ਮੇਰੀ ਜਾਨ ਬਚ ਗਈ, ਸਲਾਮਤ ਰਹਿ ਜਾਊਂਗੀ ਤੇ ਮੈਂ ਵੀ ਸਲਾਮਤ ਰਿਹਾ। ਪਰਮੇਸ਼ੁਰ ਉੱਪਰ ਦੇਖ ਰਿਹਾ ਤੇ ਇਹਨਾਂ ਤੇ ਹੱਸ ਰਿਹਾ ਵੀ ਦੇਖੋ ਕੈਸੀ ਕੈਸੀ ਯੋਜਨਾ ਬਣਾਉਣ ਡੇ ਮੈਨੂੰ ਛੱਡ ਕੇ ਪਰੇ ਕਰਕੇ। ਤਾਂ ਇਉਂ ਹੋਇਆ ਕਿ ਜਦ ਅਬਰਾਹਮ ਮਿਸਰ ਵਿੱਚ ਆਇਆ ਤਾਂ ਮਿਸਰੀਆਂ ਨੇ ਉਹਦੀ ਪਤਨੀ ਨੂੰ ਵੇਖਿਆ ਕਿ ਉਹ ਸੋਹਣੀ ਹੈ, ਅਤੇ ਫਰਾਉਨ ਦੇ ਸਰਦਾਰਾਂ ਨੇ ਉਹਨੂੰ ਵੇਖ ਕੇ ਫਰਾਉਨ ਦੇ ਅੱਗੇ ਉਹਦੀ ਵਡਿਆਈ ਕੀਤੀ, ਤਾਂ ਉਹ ਤੀਵੀਂ ਫਰਾਉਨ ਦੇ ਘਰ ਵਿੱਚ ਸਿੱਧੀ ਪਜਾ ਦਿੱਤੀ। ਬੇਗੈਰਤ ਤੋਂ ਬੇਗੈਰਤ ਬੰਦਾ ਵੀ ਉਹ ਕੰਮ ਨਹੀਂ ਕਰ ਸਕਦਾ ਜਿਹੜਾ ਅਬਰਾਹਮ ਧਰਮੀਆਂ ਦੇ ਪਿਤਾ ਨੇ ਕੀਤਾ। ਕਦੋਂ? ਜਦੋਂ ਉਹਦੇ ਆਪਣੀ ਅਕਲ ਨੇ ਕੰਮ ਕੀਤਾ, ਜਦੋਂ ਉਹਨੇ ਆਪਣੀ ਅਕਲ ਨੂੰ ਇਸਤੇਮਾਲ ਕੀਤਾ। ਬੰਦਾ ਮਰ ਜਾਊਗਾ ਪਰ ਉਹ ਕੰਮ ਨਹੀਂ ਕਰ ਸਕਦਾ ਜਿਹੜਾ ਇਸ ਜਗ੍ਹਾ ਦੇ ਉੱਤੇ ਅਬਰਾਹਮ ਕਰ ਰਿਹਾ ਹੈ। ਉਸ ਬੰਦੇ ਦੀ ਕਾਹਦੀ ਜ਼ਿੰਦਗੀ ਜਿਹਦੀਆਂ ਅੱਖਾਂ ਦੇ ਸਾਹਮਣੇ ਉਹਦੀ ਜਨਾਨੀ ਲੈ ਕੇ ਤੇ ਬਾਦਸ਼ਾਹ ਦੇ ਅੱਗੇ ਪੇਸ਼ ਕਰਤੀ, ਉਹਦਾ ਤੂੰ ਰੱਖ ਲਾ। ਇਹ ਸੀ ਜੀ ਇਮਾਨਦਾਰਾਂ ਦੇ ਬਾਪ ਦੀ ਕਹਾਣੀ ਜਿਹੜੀ ਤੁਸੀਂ ਪਹਿਲਾਂ ਨਹੀਂ ਕਦੀ ਸੁਣੀ ਹੋਈ। ਸੁਣੀ ਹੋਣੀ ਤੁਸੀਂ ਇਸੇ ਕਰਕੇ ਸੁਣੀ ਕਿਉਂਕਿ ਇਹਦਾ ਰੂਪ ਹੀ ਨਹੀਂ ਦੱਸਿਆ ਗਿਆ ਨਾ, ਇਹਨੂੰ ਪੇਸ਼ ਹੀ ਨਹੀਂ ਕੀਤਾ ਗਿਆ ਵੀ ਅਬਰਾਹਮ ਵਰਗਾ ਧਰਮੀ ਇਨਸਾਨ ਵੀ ਕੈਸੀਆਂ ਗਲਤੀਆਂ ਕਰਕੇ ਗਿਆ ਸੀ। ਲੇਕਿਨ ਪਰਮੇਸ਼ੁਰ ਦੀ ਉਹਦੇ ਲਈ ਇੱਕ ਯੋਜਨਾ ਸੀ ਜਿਹਦਾ ਕਰਕੇ ਪਰਮੇਸ਼ੁਰ ਉਹਦੀਆਂ ਗਲਤੀਆਂ ਨੂੰ ਆਪਣੀ ਮੁਹੱਬਤ ਦੇ ਕਾਰਨ ਨਜ਼ਰ ਅੰਦਾਜ਼ ਕਰਦਾ ਗਿਆ ਤਾਂ ਕਿ ਆਪਣੀ ਉਸ ਯੋਜਨਾ ਨੂੰ ਪੂਰਾ ਕਰ ਸਕੇ ਜਿਹਦੇ ਕਾਰਨ ਉਹਨੇ ਤੁਹਾਨੂੰ ਅਤੇ ਮੈਨੂੰ ਜਨਮ ਦਿਵਾਇਆ। ਅਬਰਾਹਮ ਨੂੰ ਪਤਾ ਹੀ ਨਹੀਂ ਸੀ ਵੀ ਅਜੇ ਪਰਮੇਸ਼ੁਰ ਨੇ ਅੱਗੇ ਕੀ ਕੁਛ ਕਰਨਾ, ਲੇਕਿਨ ਖੁਦਾ ਜਾਣਦਾ ਸੀਗਾ। ਅਤੇ ਫਿਰ ਉਹਦੀ ਤੀਵੀਂ ਜਿਹੜੀ ਆ ਉਹਦੇ ਬਾਦਸ਼ਾਹ ਦੇ ਅੱਗੇ ਪਹੁੰਚਾ ਦਿੱਤੀ ਗਈ ਅਤੇ ਲਿਖਿਆ ਜਦ ਉਹਨੇ ਫਿਰ ਉਹਨੂੰ ਆਪਣੀ ਤੀਵੀਂ ਬਣਾਉਣ ਦੇ ਲਈ ਉਪਰਾਲਾ ਕੀਤਾ ਅਤੇ ਹੁਣ ਅਬਰਾਹਮ ਤਾਂ ਕੁਛ ਵੀ ਨਹੀਂ ਕਰ ਸਕਦਾ ਵਿਚਾਰਾ, ਕਿਉਂਕਿ ਬਾਦਸ਼ਾਹ ਉਹਦੇ ਅਬਰਾਹਮ ਨੂੰ ਮਿੰਡ ਲਾਵੇ ਅਤੇ ਮਾਰ ਦੇਵੇ ਨਾ। ਹੁਣ ਅਬਰਾਹਮ ਇਹ ਕਹਿ ਸਕਦਾ ਨਾ ਵੀ ਤੂੰ ਇਹਨੂੰ ਹੱਥ ਨਾ ਲਾਈਏ ਅਤੇ ਮੇਰੀ ਜਨਾਨੀ ਹੈ, ਜੇ ਇਹ ਕਹਿੰਦਾ ਤਾਂ ਵੀ ਮਰਦਾ। ਅਤੇ ਪੰਜਾਬੀ ਵਿੱਚ ਕਹਿ ਦੇ ਬਸ਼ਰਮਾ ਵਾਂਗੂ ਤਮਾਸ਼ਾ ਦੇਖ ਲੈਂਦੇ ਹਾਂ ਵੀ ਦੇਖੀ ਹੁਣ ਕੀ ਹੁੰਦਾ। ਅਤੇ ਦੂਜੇ ਚੌਦਾਂ ਵਿੱਚ ਬਸ਼ਰਮ ਵਿਸ਼ਵਾਸੀਆਂ ਵਾਂਗੂ ਹੁਣ ਕਹਿੰਦਾ ਹੋਣਾ ਖੁਦਾਵੰਦਾ ਤੇਰੇ ਅੱਗੇ ਮੈਂ ਮਿਹਨਤ ਕਰਦਾ, ਤੇਰੇ ਅੱਗੇ ਮੈਂ ਤਰਲਾ ਕਰਦਾ, ਹੁਣ ਤੂੰ ਮੇਰਾ ਖੁਦਾ ਹੈ ਜੇ ਮੇਰੀ ਜਨਾਨੀ ਨੂੰ ਇਸ ਰਾਕਸ਼ ਦੇ ਹੱਥੋਂ ਬਚਾ ਲੈਣੀ, ਨਹੀਂ ਤਾਂ ਮੇਰੀ ਜਨਾਨੀ ਗਈ। ਇਹਦੇ ਆਇਆ ਉਹਦੇ ਚੋਂ ਹਾਂਜੀ ਅਤੇ ਖੁਦਾ ਫਿਰ ਕਹਿੰਦਾ ਅਬਰਾਹਮ ਜਦੋਂ ਯੋਜਨਾ ਬਣਾਈ ਸੀ, ਜਦੋਂ ਪਲਾਨ ਕੀਤੀ ਸੀਗੀ, ਜਦੋਂ ਆਪਣੀ ਮਰਜ਼ੀ ਕੀਤੀ ਸੀਗੀ, ਉਦੋਂ ਮੇਰੀ ਮਰਜ਼ੀ ਨੂੰ ਜਾਣਿਆ ਸੀ, ਉਦੋਂ ਮੇਰੀ ਮਰਜ਼ੀ ਪੁੱਛੀ ਸੀ, ਕਾਲ ਪੈ ਗਏ ਤੈਨੂੰ ਕਹਿੰਦਾ ਫਿਕਰ ਸੀ ਤੇਰਾ ਯਹੋਵਾ ਪਰਮੇਸ਼ੁਰ ਜਿਉਂਦਾ ਪਰਮੇਸ਼ੁਰ ਹੈ, ਉਹ ਤੇ ਕਾਲ ਦੇ ਵਿੱਚ ਵੀ ਰੋਟੀ ਪੈਦਾ ਕਰਨ ਦੀ ਤਾਕਤ ਰੱਖਦਾ। ਉਹ ਖੁਦਾ ਦੇ ਲਈ ਕਿਹੜਾ ਮੁਸ਼ਕਿਲ ਕੰਮ ਆ ਜਿਹੜਾ 40 ਸਾਲ ਅੱਗੇ ਵੀ ਤੇ ਜਾ ਕੇ ਖਿਲਾਇਆ ਹੈ ਉਹਨੇ, ਉਹ ਕਾਲ ਦੇ ਵਿੱਚ ਵੀ ਖਿਲਾ ਸਕਦਾ। ਇਹ ਕਹਿੰਦਾ ਨਾ ਤੇ ਉਸ ਵੇਲੇ ਤੂੰ ਮੇਰੇ ਕੋਲ ਪੁੱਛਿਆ, ਨਾ ਇੱਥੇ ਆਉਣ ਦੇ ਲਈ ਪੁੱਛਿਆ, ਨਾ ਇੱਥੇ ਆਉਣ ਤੋਂ ਪਹਿਲਾਂ ਜਿਹੜੀ ਪਲਾਨ ਕੀਤੀ ਉਹਦੇ ਲਈ ਪੁੱਛਿਆ, ਸਾਰੀਆਂ ਪਲਾਨਿੰਗਾਂ ਤੇਰੀਆਂ ਆਪਣੀਆਂ ਹੀ ਸੀਗੀਆਂ ਅਤੇ ਹੁਣ ਭੁਗਤ ਵੀ ਆ ਵੀ, ਲੇਕਿਨ ਫਿਰ ਵੀ ਮੁਹੱਬਤ ਦਾ ਭਰਿਆ ਹੈ ਖੁਦਾ। ਆਦਮ ਲੱਖ ਗਲਤੀਆਂ ਕਰ ਗਿਆ, ਆਦਮ ਨੇ ਬੇਸ਼ੱਕ ਉਹਦੇ ਹੁਕਮ ਨੂੰ ਤੋੜ ਦਿੱਤਾ, ਮੁਹੱਬਤ ਦੇ ਭਰੇ ਹੋਏ ਖੁਦਾ ਨੇ ਫਰਿਸ਼ਤਿਆਂ ਨੂੰ ਨਹੀਂ ਭੇਜਿਆ ਜਾ ਉਹਨੂੰ ਫੜ ਕੇ ਮੇਰੇ ਹਜ਼ੂਰ ਪੇਸ਼ ਕਰੋ, ਮੁਹੱਬਤ ਦਾ ਭਰਿਆ ਖੁਦਾ ਤੀਸਰੇ ਆਕਾਸ਼ ਤੋਂ ਆਪਣਾ ਤਖ਼ਤ ਛੱਡ ਕੇ ਉਹਦੇ ਕੋਲ ਆ ਕੇ ਉਹਦੇ ਨਾਲ ਗੱਲ ਕਰਨ ਵਾਸਤੇ ਆ ਗਿਆ। ਆਪਣੀ ਮੁਹੱਬਤ ਦਾ ਇਜ਼ਹਾਰ ਕਰਦੇ ਹੋਏ ਉਹਦੇ ਨੰਗੇ ਸਰੀਰ ਦੇ ਉੱਤੇ ਉਹਨੇ ਕੱਪੜੇ ਪਹਿਨਾਏ, ਔਰ ਫਿਰ ਸਾਰਾ ਕੁਛ ਕਰਨ ਤੋਂ ਬਾਅਦ ਬੇਸ਼ੱਕ ਉਹਨੂੰ ਕੱਢ ਦਿੱਤਾ, ਲੇਕਿਨ ਆਪਣੀ ਮੁਹੱਬਤ ਨੂੰ ਉਹਦੇ ਤੋਂ ਅਲੱਗ ਨਹੀਂ ਕੀਤਾ। ਮੁਹੱਬਤ ਫਿਰ ਵੀ ਪੁਕਾਰ ਰਹੀ ਹੈ, ਇਨਸਾਨ ਦੀ ਮੁਹੱਬਤ ਹੈ, ਮੁਹੱਬਤ ਹੀ ਕੁਛ ਨਹੀਂ, ਕਾਹਦੀ ਮੁਹੱਬਤ ਹੈ ਜੀ। ਇੱਕ ਬੰਦਾ ਕਹਿੰਦਾ ਮੈਂ ਤੈਨੂੰ ਬਹੁਤ ਪਿਆਰ ਕਰਦਾ, 20 ਸਾਲ ਪਿਆਰ ਕਰਦਾ ਆਪਣੀ ਜਨਾਨੀ, 25 ਸਾਲ ਕਰਦਾ, ਇੱਕ ਪੁੱਤਰ ਮੇਰਾ ਬੜਾ ਖੂਬਸੂਰਤ, ਉਹਨੂੰ ਬੜਾ ਪਿਆਰ ਕਰਦਾ, ਉਹਨੂੰ ਬੜਾ ਪੜ੍ਹਾਉਂਦਾ ਲਿਖਾਉਂਦਾ ਸਭ ਕੁਛ ਕਰਦਾ। 25 ਸਾਲਾਂ ਬਾਅਦ ਕੋਈ ਕੂੜੇ ਕਾੜੇ ਦੇ ਵਿੱਚੋਂ ਕੋਈ ਇੱਕ ਲੈਟਰ ਮਿਲ ਜਾਵੇ ਵੀ ਮੇਰੀ ਤੀਵੀਂ ਦੇ ਕਿਸੇ ਗੈਰ ਮਰਦ ਦੇ ਨਾਲ ਸੰਬੰਧ ਸੀਗੇ ਅਤੇ ਇਹ ਜਿਹੜਾ ਬੱਚਾ ਹੈ ਉਹਦਾ,
मोहब्बत भी बरकरार हो अजे तक तो दुनिया नूं मोहब्बत की परिभाषा का ही नहीं पता भी मोहब्बत कहिंदे किहनूं असीं ऐवें कही जांदे मैं पास साहब नूं बड़ी मोहब्बत करदा जी भैन जी मैं तुहानूं बड़ी मोहब्बत भाजी मैं तुहानूं बड़ी मोहब्बत करदा मोहब्बत का तो पता ही नहीं गा लोगों नूं भी मोहब्बत कहिंदे किहनूं आ मोहब्बत है की है उहो ही मुंडा आ जिहनूं अपनी गोदी विच खड़ाउंदा आ उहो ही मुंडा जिहदे लई जिंदगी गाल दित्ती है जिद्दन पता लगदा भी इह तां मेरा ही नहीं गा ते नाल ही मोहब्बत बदल जांदी वो मुंडा जिहदे लई जान वार सकदा सीगा मुंडा उहदियां अक्खां 'च रड़कण लग पैंदा वो तीवी जिन्हों 25 साल तो प्यार करता आ रहा है वो उसकी नज़र च डैन नज़र आने लग पे ये इंसानी मुहब्बत निशानियां हैं जिहड़ियां शब्दावली मुहब्बत आताइयों गोरियां बेचारे को होर कोई रूल नहीं गा इन्हों जनानी कब्जे रखने का और कोई तरीका नहीं गा ये बेचारा दिहाड़ी 25-30 बारी कहें डार्लिंग आई लव यू क्योंकि हुंदा तो है नहीं गा तो कहते भी चलो ये शब्द ही बन के रख दे भी इन भरेखा रवे भी मैं तेन प्यार करता वो 25-30 अभी थोड़ी कहने जाने लव यू कभी भी नहीं कहते अभी नहीं कहते जिन्हें तेनों नफरत कर दूँ तो असल दिलों कर रहे हैं मुहब्बत की परिभाषा का नहीं पता खुदा जो मुहब्बत का भरया होया वो फिर उन्होंने की कह रहा बादशाह कहना गल सुन रहे इस मर्द ते इस औरत तो मेरी एक बड़ी वड्डी योजना है तैनू नहीं पता मैं अब्राहम ते सारा नूं क्यों पैदा किया बेशक उन्हें गलती की पर मेरा पुत्र आ इस तो मैं एक ऐसा वंश तैयार करना जिन्हें दुनिया के उत्ते इस जहान के उत्ते बादशाही करनी है इनू फना होने तो बाद उन्हें उस नवे यरूशलम जाके बादशाही करनी है ये वो इंसान है ये कोई आम नहीं इस करके कहना खबरदार जे उहदी औरत वल बुरी नज़र ना देखा जां उहनू हाथ भी लगाया तेरा कुल कहना नाश कर दूंगा तेरी हर चीज उत्ते लानत भेजांगा फिर वह बेचारा जाके गिड़गड़ा के उहदे अगे खड़ा रहा कहिंदा महाराज तुसीं सानूं पहलां क्यों दस्सिया साढ़े को कहिंदा इह गुनाह गल नहीं करवाउण लगे हुण दस्सो जी इहनां 'च चंगा बंदा कौन सी अब्राहम दी जे तुलना करिए शरीरिक तौर दे उत्ते जरा जनानी मोड़ रहा है जिन्हें जनानी दे दिता हले लुई इतने कल हले लुई कहने तो बड़ी शर्मनाक गल है परमेश्वर मुहब्बत का भरिया होया अजे भी उसकी योजना ने अपनी मर्जी की है तो उन्हें थोड़ी देर दे मर्जी के उन्हें छड़ दिता कि जे तू अपनी योजना बना ना तो तू सोचता भी तेरे कारण तेरी पत्नी ते तेरी पत्नी दे कारण तू बच जावेगा तो फिर देख ला ट्राई कर ते जलो नतीजा सामने आया अपनी मर्जी का उदो कुछ भी नहीं कर सकता फिर मुहब्बत दे भरे हुए खुदा ने ही कहा तो उसकी जान नूं छड़ाया अज असीं कहने भी सब कुछ करते हैं तो परमेश्वर इदा क्यों नहीं करता घर जाके दुआ करो गोडिया ते बह के ते दिल दे विच गल जिहड़ी पिछले शायद तुसीं नहीं सुनी गुरदुआ यूना लिखता अपने खत दे विच हे बच्चो जे साडा मन साडे उत्ते दोष ना लावे ते परमेश्वर दे अगे दलेरी आ ते फिर जो कुछ असीं कहिंदे ते मंगदे हाँ वह साडी सुणदा आ ते उसे अनुसार करदा आ परमेश्वर ते गिला करन तो पहला क्योंकि परमेश्वर ते गिला हो ही नहीं सकता ते जे असीं गिला करदे ते समझ लो वी क्या सानूं कलाम दा ज्ञान ही नहीं आ परमेश्वर ते ना कदी गिला कोई कर सकिया ना कोई कर सकदा आ क्योंकि उहदा हर काम जिहड़ा आ उह बंदे दे भले दे लई ही हुंदा आ जे साडा मन दोष ना लवे अज दुआ करो जाके घर विच बैठ के प्रभु जी मैं समझदा हाँ मैं समझदी हाँ कि हुण तक मैं अपनियां ही मर्जियां तेरे अगे तुहाडी मर्जी ना तुसीं नौकरी करनी उहनूं पता जिथे तुसीं नौकरी करन जाणा उस घर नूं अग लग जाणी तुसीं मर जाणा वो तुहानू उस घर की अग तो बचा के रखा तुहानू पता है भी जिस रस्ते तुम जाना उसे एक्सीडेंट भी हो सकता लेकिन यह भी नहीं है कि उन्हें तुहाडे लई काम नहीं तैयार करके रखे उन्हें काम भी तुहाडे लई तैयार करके रखा हो अपने आप नू उहदे बलवंत हत्थां दे हेठ कर दिओ ते वेले सिर वो तुहानू पुछे अपने आप नू दिओ ते सही उहदे हत्थां दे विच और इतने देख उन्होंने कहो मेरी कोई मर्जी नहीं
मेनू कोई चाहत नहीं, मैं कुछ नहीं चाहती, बस मैं अज तो बाद भी नहीं कहना कि मैं नौकरी मिले, ना मेरे वास्ते दुआ करवानी ते ना करनी है। तू जानी जाने असी तेरे बच्चे हैं, तू सब कुछ जानता, कलाम दादा वह तेरे मंगन तो पहला जानता भी तेन किस चीज की जरूरत आ, इसलिए जो मंगते हैं तो फिर असं उन्हू शर्मसार करते। बच्चा ना माँ प्यो को मंगता भी मैनू पढ़ाओ लिखाओ, ना वह मंगता मैनू कपड़े पाओ, ना वह मंगता मैनू खड़ौने लिया के दो, ना वह किसी चीज़ की चाहत रखता। हर वो चीज़ जी उन्हू चाहिए आ वक्त के अनुसार असी उन्हू दिंदे जाते हैं, पर दिंदे उदो ही जिस चीज़ की जो जरूरत हो गई, जो जरूरत तो पहला दे दिए तो बच्चा नाश भी हो सकता। किसी ने बड़ी वधिया उदाहरण दी सी, किसी बंदे की चाह सी कि मेरे घर बेटा पैदा होगा ना, उस दिन मैं उसके लिए मस्ती गड्डी लैनी है, उस समय राज हुंदा सी ना हुंदा मस्ती गड्डी दा, ते बाद विच उह बच्चा पैदा हो गया, दो साल का जो सुरत संभाली तो उन्हें दसाया गया कि तेरे प्यो ने जो पैदा होंगे वो सिर की गड्डी नहीं सी, वो भज के जाके पापा जी गोदी बैठा, कहना पापा जी मैंने चाबी दो, कहना भी कहदी, कहना कार दी, कहना केड़ी कार, कहना जिहड़ी मेरे लई, कहना पुत्तर कार तेरे लई नहीं सी, पर यह चाबी नहीं तेन दिती जा सकती, ये चाबी उदो देनी है जो तू वो काबिल हो जाएगा, उन्होंने चलाने के काबिल हो जाएगा। असी खुदा तो वह चीज़ा मंग रहे जिदे जी अज की डेट से असी काबिल नहीं गए, तो उन्होंने पता है भी जे हूँ इन चाबी दे दी ना तो इन्हें एक्सीडेंट करवा लेना है, इसलिए उन्होंने मर्जी के उत्ते गलों में छोड़ो, तो उन्होंने कहो सानू पक्का यकीन वक्त दे उत्ते जो जिहड़ी चीज़ का साडा वक्त आएगा तो सानू देवेगा, साडा ये ईमान है। अपनी अखां नू बंद करो, सिरां च पाओ, पास्टर साहब जी ने मेरे को कहा खुदावंदा तू लश्करांदा खुदा है, खुदावंदा तू लश्करांदा खुदा है, ठिकाना तेरा मैनू चंगा लगदा है, ठिकाना तेरा मैनू चंगा लगदा है। हमारे पिता तेरा शुक्र अदा करते हैं कि तू हमारी जरूरतों को जानता है और हमारी तरबियत के लिए हमसे कलाम करता है, हम तेरी तमजीद करते हैं, तुझे सिजदा करते हैं, और या खुदा तू वक्त पर हर चीज हमें मुहैया करता है। आज के कलाम के लिए जो तूने अपने लोगों के साथ किया ताकि तेरी मर्जी जान सकें कि क्या तुम्हारी जिंदगियों से क्या चाहता है, तुम्हारी जिम्मेदारियां क्या है, और या खुदा तूने आज ये हमें सिखाया है कि पहले हमने तेरी बादशाही की तलाश करनी है, पहले तेरी मर्जी पूरी करनी है, और जिनकी हम जिन चीज़ों की हमें ज़रूरत है वो तुझे पहले ही पता है, तू सब कुछ जानता है। और या खुदा हमारी गलतियाँ यही हैं कि हम अपनी मर्जी को पहला दर्जा देते हैं, बहुत दफ़ा हम तुझे पूछते ही नहीं, तेरी हजूरी में नहीं आते, तेरे पास नहीं बैठते, और या खुदा तेरी हमद उस्ताश तेरी परस्तश तुझे खुश करने की बजाय हम अपनी ख्वाहिश पूरी करने के लिए करते हैं, और ये हमारी गलतियाँ हैं। तो भी या खुदा तेरी मोहब्बत ये है कि तूने अपने बेटे का खून हमें पाक करने के लिए बहा दिया, और आज भी या खुदा तूने अपने कलाम को नाजिल किया है, तूने हम पर आज भी रहम किया है, तूने आज भी अपनी मोहब्बत हम पर जाहिर की है ताकि हम जान सकें कि तेरी मर्जी क्या है, ताकि हम ये जान सकें कि हमें क्या करना चाहिए। तूने वो सारी चीज़ें एक जगह पे हमारे लिए पहले ही से तैयार रखी हैं, लेकिन हम उस जगह पे आने की बजाय हम दूर ही से अपनी मर्जी तेरे साथ आते हैं। तू चाहता है कि हम तेरी हजूरी में सिजदा करें,
तेरा जो फरमान तेरे बेटे यसु ने आसमान पर जाने से पहले दिया था कि सब कौमों को शागिर्द बनाओ, सबको मेरे अहकाम मेरे हुक्म सिखाओ, मेरी मर्जी दूसरों को बताओ। तो खुदा ये तौफीक दे कि हम इसको समझें, अपने दिल में रखें। और या खुदा तेरा रूहुल कुस जो हमारा मददगार हमारे पास तूने भेजा वो मौजूद है, वो आज भी हमारी मदद करता है, वो आज भी हमारी रहनुमाई करता है, वो आज भी हमें कायम करता है, वो आज भी मुश्किलात से निकालता है, वो आज भी हमें दुआ करना सिखाता है, वो आज भी या खुदा रूहुल कुस हमें सिखाता है कि हम किस तरह से तेरी हजूरी में चले। अब्राहम को खुदा ने कहा कि मेरी हजूरी में चल और तू कामल हो, और बहुत दफा वो हजूरी में चल के कामल होने की बजाय अपनी मर्जी में चल के वो कामलीत की तरफ बढ़ा और मुश्किलात में गिरता। हमारी मुश्किलात हमारी उलझने ऐ खुदा हम उसका इकरार करते हैं वो इस सबब से है कि हम तेरी मर्जी नहीं जानते। तेरे लोग तो मुश्किलात में भी तेरी तारीफ करते हैं, वो किसी दुख का शिकार नहीं होते, वो मुश्किलात और दुखों के अंदर भी शादमानी और खुशी उनके अंदर होती है, क्योंकि खुशियां हमें दुनिया से हासिल नहीं हो सकती, माहौल हमें नहीं देता, वो खुशियां तुम्हारे अंदर पैदा करता है जब हम तेरी मर्जी पूरी करते हैं, जब हम तुझे सिजदा करते और तुझे पूछते हैं कि ऐ खुदा तू मुझसे क्या चाहता है। और ऐ खुदा तू अपने तालबों को मांगने से पहले ही बख्शता, तू देता रहता है, तेरी तरह सूरज तो हर एक शख्स पे चमकता है, तेरी बारिश हर शख्स पे होती है, और ऐ खुदा तू हर जगह सैराब करता है, तू फसलें पैदा करता है, और वो लोग भी जो तेरा इनकार करते हैं उनको भी तू बख्शता रहता है। लेकिन ऐ खुदा तेरा शुक्र हो कि तू हमसे मोहब्बत रखता है, और आज तूने फिर अपने कलाम को नाजिल किया है, ऐ खुदा आज तूने फिर दोहराया है, आज तूने फिर याद दिलाया है कि ऐ खुदा हम किस जगह पे भूले भटके हैं और हम तेरी तरफ आए नहीं हैं। आज भी ऐ खुदा तू इंतजार करता है, तू हमेशा बरकतें देने के लिए तैयार रहता है। हमारी मुश्किलात इसलिए आती हैं, हमारे दुख इसलिए आते हैं कि हम तुझे याद करें कि तेरी मर्जी क्या है, और फिर तेरे पास आ जाए, लौट आए, अपनी अपने गुनाह का इकरार करें, और ऐ खुदा तू सब कुछ बख्श दे। ऐ खुदा तेरी मिन्नत करते हैं कि ये कलाम हम में से हर एक के दिल में महफूज रहे, इबलीस उसको ना चुरा ना पाए, और ऐ खुदा तू आसमान को खोल के बरकत अता कर, तेरा शुक्र अदा करते हैं। हालेलुया, ऐ खुदा तेरा शुक्र हो कि तूने आज भी अपनी मोहब्बत हम पर जाहिर की है, तूने आज भी हमारी तरबियत की है, तूने आज भी हमें सिखाया, क्योंकि तू हमसे मोहब्बत रखता है। तूने अपने कलाम में फरमाया जिसको वो मोहब्बत रखता है वो उसकी तरबियत करता है, और जिनकी तरबियत नहीं की जाती वो बेटे नहीं कहलाते, वो चले जाते हैं और वो दुख वो जिंदगियाँ ज़ाया हो जाती हैं। जिन लोगों को तू दुख में से गुजरने देता है, तेरी पाक मर्जी ये है कि उस वक्त दुख में से गुजर कर हम तुझे पुकारें कि खुदा बता तेरी मर्जी क्या, तेरा कलाम तेरे लोगों के दिलों में महफूज रहे, और या खुदा ये पौधा बने, ये जड़ पकड़े और ये फलदार हो, और हम ये तेरी मर्जी दूसरों तक पहुँचा, तेरा कलाम तेरे हुक्म दूसरों को दे सके, तेरा शुक्र हो, तू हमारी रहनुमाई कर, बाकी हिस्से में भी तेरी रहनुमाई की हमें ज़रूरत है। अपने बंदे पर अपने कलाम के भेदों को कसरत से खोलते रहना, ताकि बहुत से लोगों को तेरे साथ मजबूत कर, तेरा शुक्र अदा कर, यीशु मसीह के नाम से मांग। आमीन।